ਅਸਲਾਮ ਵਾਲੇਕੁਮ ਜਨਾਬ, ਵਾਲੇਕੁਮ ਸਤਿਨਾਮ ਪੰਜਾਬੀ ਨਿਊਜ਼ ਕਸਬਾ ਤੋਂ। ਇਸ ਟਾਈਮ ਹੈਗਾ ਜੀ ਮੰਡੀ ਗੋਬਾਲ ਨਗਰ ਦੇ ਵਿੱਚ। ਇਹ ਮਾਸ਼ਾਅੱਲਾ ਤੁਸੀਂ ਬੱਚੇ ਦੇਖ ਸਕਦੇ ਹੋ, ਭਾਈ ਹੁਣ ਬੱਚਿਆਂ ਨੇ ਮਾਸ਼ਾਅੱਲਾ ਗੱਡੀ ਭਰ ਕੇ ਲੈ ਕੇ ਆਏ ਹੋਏ ਨੇ ਸਾਰੇ ਹੀ ਖੀਰੇ ਬੱਚੇ ਨੇ ਜਨਾਬ ਮਾਸ਼ਾਅੱਲਾ, ਤੇ ਇਹਨੇ ਜਰੂਰੀ ਦੇ ਵੀ ਹਾਲੀ ਹੁੰਦੇ ਨੇ ਜਨਾਬ ਮਾਸ਼ਾਅੱਲਾ। ਭਾਈ ਹੁਣ ਮੈਂ ਕਰਦੇ ਹਾਂ ਗੱਲ ਕਿ ਇਹਨਾਂ ਦੀਆਂ ਕੀ ਡਿਮਾਂਡਾਂ ਸ਼ਮਾਂਡਾਂ ਕਰਦੇ ਪਏ ਨੇ ਮਾਸ਼ਾਅੱਲਾ ਦੇਖ ਸਕਦੇ ਹੋ। ਪੂਰੀ ਦੀ ਪੂਰੀ ਗੱਡੀ ਮਾਸ਼ਾਅੱਲਾ ਲਾਟ ਲੈ ਕੇ ਆਉਂਦੇ ਨੇ, ਤੇ ਇਹਨਾਂ ਦੋਸਤਾਂ ਨਾਲ ਕਰਦੇ ਹਾਂ ਆਪਾਂ ਗੱਲ ਇਹਨਾਂ ਦੀਆਂ ਕੀ ਡਿਮਾਂਡਾਂ ਕਰਦੇ ਨੇ ਮਾਸ਼ਾਅੱਲਾ। ਬਹੁਤ ਹੀ ਖੂਬਸੂਰਤ ਬੱਚੇ ਨੇ ਇਹ ਭਾਈ ਹੁਣ ਖੜੇ ਨੇ ਜਨਾਬ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਭਾਈ, ਕੀ ਹਾਲ ਨੇ? ਠੀਕ ਠਾਕ ਭਾਈ। ਕੀ ਨਾਮ ਆਪਣਾ ਕੀ ਆ? ਲੁਕਮਾਨ ਮੁਸ਼ਤਾਕ। ਅੱਛਾ ਭਾਈ, ਰਹਿਸ਼ ਕਿੱਥੋਂ ਦੀ ਆ? ਜੰਡਿਆਲੀ ਬੰਗਲਾ। ਅੱਛਾ, ਇਹ ਬੱਚਿਆਂ ਦੀਆਂ ਸਾਨੂੰ ਕੋਈ ਡਿਮਾਂਡਾਂ ਥੋੜੀਆਂ ਦੱਸ ਦਿਓ ਵੀ ਕੀ ਡਿਮਾਂਡਾਂ ਇਹਨਾਂ ਦੀਆਂ। 1,85,000 ਮੰਗਦੇ। 28? ਹਾਂਜੀ। ਅੱਛਾ, 1,85,000। ਇਹਨਾਂ ਦੀ ਕੋਈ ਪਿਆਰ ਮੁਹੱਬਤ ਵੀ ਹੋਜੂ? ਹੋ ਜੇ। ਅੱਛਾ, ਤੇ ਸਾਨੂੰ ਨੰਬਰ ਦੱਸ ਦਿਓ ਕੋਈ ਆਪਣਾ ਸਾਨੂੰ। 0307। ਹਾਂਜੀ। 1783। ਠੀਕ ਆ। 751। ਇਹਨਾਂ ਦੇ ਰੇੜੀ ਦੇ ਹਾਲੀ ਵੀ ਕੋਈ ਹੈਗੇ ਆ? ਬੜੇ ਰੇੜੀ ਦੇ। ਰੇੜੀ ਦੇ ਹਾਲੀ ਜੀ। ਅੱਛਾ, ਇਹ ਮਾਸ਼ਾਅੱਲਾ ਤਿੰਨ ਤੇ ਬੱਚੇ ਇੱਕੋ ਹੀ ਖੜੇ ਨੇ, ਬਹੁਤ ਖੂਬਸੂਰਤ ਬੱਚੇ ਨੇ। ਕਿਸੇ ਦੋਸਤ ਨੂੰ ਰਿਕੁਆਇਰ ਹੋਵੇ ਤੇ ਭਾਈ ਹੁਣਾਂ ਦਾ ਆਪਾਂ ਨੰਬਰ ਲੈ ਲਿਆ ਵਾ ਜਨਾਬ, ਇਹਨਾਂ ਨਾਲ ਤੁਸੀਂ ਰਾਬਤਾ ਕਰ ਸਕਦੇ ਨੇ ਮਾਸ਼ਾਅੱਲਾ। ਇਹਨਾਂ ਕੋਲ ਮਾਲ ਬਹੁਤ ਖੂਬਸੂਰਤ ਹੁੰਦਾ ਮਾਸ਼ਾਅੱਲਾ, ਇਹ ਤੁਸੀਂ ਦੇਖ ਸਕਦੇ ਮਾਸ਼ਾਅੱਲਾ। ਇਹ ਤਿੰਨ ਚਾਰ ਬੱਚੇ ਚਿੱਟੇ ਹੀ ਖੜੇ ਨੇ, ਇਹ ਇੱਕ ਬੱਚਾ ਕਾਲਾ ਜਨਾਬ, ਉਧਰ ਜਿਹੜੇ ਬੱਚੇ ਤਿੰਨੇ ਹੀ ਜਿੱਦਾਂ ਦੇ ਧਨੀ ਦੇ ਦੋਸਤ ਰਿਕੁਆਇਰ ਕਰਦੇ ਨੇ ਉਦਾਂ ਦੇ ਬੱਚੇ ਖੜੇ ਨੇ ਮਾਸ਼ਾਅੱਲਾ। ਇਹ ਮਾਸ਼ਾਅੱਲਾ ਭਾਈ ਹੁਣੀ ਮੰਡੀ ਗੋਬਾਲ ਨਗਰ ਦੇ ਵਿੱਚ ਬੱਚੇ ਲੈ ਕੇ ਆਉਂਦੇ ਨੇ ਮਾਸ਼ਾਅੱਲਾ, ਬਹੁਤ ਹੀ ਖੂਬਸੂਰਤ ਬੱਚੇ ਨੇ ਮਾਸ਼ਾਅੱਲਾ। ਇਹਨਾਂ ਕੋਲ ਬੜੇ ਖੂਬਸੂਰਤ ਬੱਚੇ ਹੁੰਦੇ ਨੇ, ਇਹ ਤੁਸੀਂ ਦੇਖ ਸਕਦੇ ਮਾਸ਼ਾਅੱਲਾ, ਫੁੱਲ ਪ੍ਰਿੰਟਡ ਬੱਚੇ। ਦੋਸਤਾਂ ਦੀ ਬੜੀ ਡਿਮਾਂਡ ਆ ਕਿ ਜਨਾਬ ਪ੍ਰਿੰਟਡ ਬੱਚਾ ਹੋਣੇ ਚਾਹੀਦੇ, ਫਤਿਹ ਚੰਗੀ ਬੱਚੇ ਹੋਣੇ ਚਾਹੀਦੇ, ਧਨੀ ਫਤਿਹ ਚੰਗੀ। ਇਹ ਤੁਸੀਂ ਦੇਖ ਸਕਦੇ ਹੋ ਵੀ ਭਾਈ ਹੁਣ ਇੱਧਰ ਖੜੇ ਨੇ, ਗਾਹਕ ਵੀ ਆਏ ਖੜੇ ਨੇ, ਇਹਨਾਂ ਕੋਲ ਇਹਨਾਂ ਦੀਆਂ ਡਿਮਾਂਡਾਂ ਸ਼ਮਾਂਡਾਂ ਆਪਾਂ ਪੁੱਛ ਲੈਂਦੇ ਹਾਂ ਕਿ ਇਹਨਾਂ ਦੀਆਂ ਡਿਮਾਂਡਾਂ ਸ਼ਮਾਂਡਾਂ ਕੀ ਹੈ ਜਨਾਬ। ਇਹ ਭਾਈ ਹੁਣੇ ਲੈ ਕੇ ਆਉਂਦੇ ਨੇ ਜਨਾਬ, ਇਹਨਾਂ ਨਾਲ ਕਰਦੇ ਹਾਂ ਗੱਲ। ਅਸਲਾਮ ਵਾਲੇਕੁਮ ਜੀ। ਕੀ ਹਾਲ ਚਾਲ ਆ ਜੀ? ਠੀਕ ਠਾਕ। ਅੱਛਾ ਭਾਈ, ਇੱਧਰ ਸ਼ੁਰੂ ਕਰ ਲਓ, ਇਸ ਬੱਚੇ ਦਾ ਪੱਲੇ ਦਾ ਕੀ ਡਿਮਾਂਡ ਆ? ਪਹਿਲਾਂ ਤਾਂ 25 ਮੁੱਲ ਕਰਦੇ ਆ, ਤੇ ਇਸ ਦੀ? ਇਹਦਾ 45। ਨਾਲ ਨਾਲ ਡੁਰੇ ਚਲੋ। ਅੱਛਾ, ਇਹਦੀ 1,45, ਇਸ ਦਾ? ਇਹਦਾ 1,55। 1,55, ਥੋੜਾ ਜਿਹਾ ਪਿੱਛੇ ਹੋ ਜਾਓ। ਹਾਂਜੀ, ਇਹਦਾ 1,55, ਇਹਦਾ? ਇਹਦਾ 1,65। 1,65, ਤੇ ਇਸ ਦੀ? ਇਹਦਾ 1,75। 1,75। ਇਹਨਾਂ ਦੇ ਰੇਟ ਕਿਉਂ ਜ਼ਿਆਦਾ ਵਾ? ਇਹ ਕਿਹੜੀ ਨਸਲ ਆ? ਧਨੀ ਦੇ। ਧਨੀ ਦੇ, ਅੱਛਾ ਠੀਕ ਆ। ਤੇ ਇਹਦੀ? ਇਹਦਾ 1,65। 1,65, ਤੇ ਇਸ ਦੀ? ਇਹਦਾ 2,20,000। 2,20,000, ਮਾਸ਼ਾਅੱਲਾ ਬੱਚਾ ਵੀ ਖੂਬਸੂਰਤ ਆ। ਅੱਛਾ, ਤੇ ਆਹ ਨਾਲ ਦਾ ਜਿਹੜਾ ਜੋੜਾ ਖਰੋਤਾ ਵਾ, ਇੱਕੋ ਜਿਹਾ ਹੀ? 1,60,60। ਬੱਚੇ ਵੀ ਮਾਸ਼ਾਅੱਲਾ ਬੜੇ ਖੂਬਸੂਰਤ ਬਣਨ ਵਾਲੇ ਆ, 1,60,60 ਦੇ ਵਿੱਚ। ਤੇ ਇਹ ਜਿਹੜਾ? 1,25,25 ਦੋਵਾਂ ਦਾ। ਅੱਛਾ, ਸਾਨੂੰ ਨੰਬਰ ਵੀ ਦੱਸ ਦਿਓ ਤੇ ਆਪਣਾ ਨਾਮ ਵੀ ਦੱਸ ਦਿਓ। ਸ਼ਹਿਜ਼ਾਦ ਖਾਨ। ਠੀਕ ਆ। ਰਹਿਸ਼ ਮੀਆਂ ਵਾਲੀ ਦੀ ਨੰਬਰ 0308। ਅੱਛਾ, 1,48,690। ਤੇ ਤੁਸੀਂ ਹਰ ਮੰਡੀ ਆਉਂਦੇ ਹੋ? ਜੀ, ਹਰ ਮੰਡੀ। ਜੁਮੇ ਦੇ ਜੁਮੇ ਕਿ ਮੰਗਲ ਵੀ ਆਉਂਦੇ? ਜੁਮੇ ਦੇ ਜੁਮੇ। ਜੁਮੇ ਦੇ ਜੁਮੇ ਜੀ। ਅੱਛਾ, ਇਹ ਭਾਈ ਹੁਣੀ ਝੰਗ ਤੋਂ ਹੀ ਆਉਂਦੇ ਨੇ, ਝੰਗ ਤੋਂ ਆਉਂਦੇ ਹੋ ਨਾ? ਮੀਆਂ ਵਾਲੀ ਤੋਂ। ਇਹ ਭਾਈ ਹੁਣੀ ਮੀਆਂ ਵਾਲੀ ਤੋਂ ਆਉਂਦੇ ਨੇ ਜਨਾਬ, ਮਾਸ਼ਾਅੱਲਾ। ਇਹ ਤਲੰਗਾ ਦਾ ਮਾਲ ਇਹਨਾਂ ਕੋਲ, ਇਹ ਤੁਸੀਂ ਦੇਖ ਸਕਦੇ ਬਹੁਤ ਹੀ ਖੂਬਸੂਰਤ ਆ। ਕਿਸੇ ਦੋਸਤ ਨੂੰ ਰਿਕੁਆਇਰ ਹੋਵੇ ਤੇ ਜੁਮੇ ਵਾਲੇ ਦਿਨ ਮੰਡੀ 'ਚ ਆ ਸਕਦਾ ਵਾ ਇਹਨਾਂ ਕੋਲ ਜਾਨਵਰ ਖਰੀਦਣ ਵਾਸਤੇ, ਅਗਰ ਨਹੀਂ ਤਾਂ ਫੋਨ 'ਤੇ ਵੀ ਰਾਬਤਾ ਕੀਤਾ ਜਾ ਸਕਦਾ। ਮਾਸ਼ਾਅੱਲਾ, ਜਾਨਵਰ ਇਹਨਾਂ ਕੋਲ ਬਹੁਤ ਸੋਹਣੇ ਹੁੰਦੇ ਨੇ। ਇਹ ਇੱਧਰ ਭਾਈ ਹੁਣੇ ਖੜੇ ਨੇ, ਨੰਬਰ ਇਹਨਾਂ ਨੂੰ ਦੱਸਤਾ ਵਾ, ਕਿਸੇ ਦੋਸਤ ਨੂੰ ਰਿਕੁਆਇਰ ਹੋਵੇ ਤਾਂ ਇਹਨਾਂ ਨਾਲ ਰਾਬਤਾ ਕਰ ਸਕਦੇ। ਮਾਸ਼ਾਅੱਲਾ ਮੰਡੀ ਗੋਬਾਲ ਨਗਰ ਦੇ ਵਿੱਚ ਭਾਈ ਮਾਨੂਲਾ ਦੇ ਜਾਨਵਰ ਖੜੇ ਨੇ ਜਨਾਬ, ਲੈ ਕੇ ਆਏ ਨੇ, ਗੱਡੀ ਭਰ ਕੇ ਲੈ ਕੇ ਆਉਂਦੇ ਨੇ ਮਾਸ਼ਾਅੱਲਾ। ਜਾਨਵਰ ਇਹਨਾਂ ਦੇ ਹੋ ਗਏ ਸੇਲ, ਆਹੀ ਕੋਈ 5-6 ਜਾਨਵਰ ਰਹਿ ਗਏ ਨੇ। ਇੱਧਰ ਭਾਈ ਮਾਨੂਲਾ ਵੀ ਗਰਮੀ ਨਾਲ ਬੁੰਦ ਲਿਆ ਪਿਆ ਵਾ,
ਪੁੱਛ ਲੈਣੇ ਆ, ਜਿੰਨੇ ਜੀ ਹਿੰਮਤ ਹੋਈ ਵੀ ਸਾਨੂੰ ਕੋਈ ਡਿਮਾਂਡਾ ਸ਼ਮਾਂਡਾ ਦੱਸ ਦੇਣਾ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਭਾਈ ਮਾਨੁੱਲਾ, ਕੀ ਹਾਲ ਆ? ਕਰਾ ਮਤਲਬ ਸ਼ੁਕਰ ਹੈ ਜੀ। ਪਹਿਲਾਂ ਤਾਂ ਦੱਸੋ ਵੀ ਗਰਮੀ ਦੀ ਕਿੱਦਾਂ ਸੂਰਤ ਹਾਲ ਆ? ਗਰਮੀ ਮਾਸ਼ਾਅੱਲਾ ਬੜੀ ਪੈ ਰਹੀ ਹੈ। ਉਹ ਖੈਰ ਹੋ ਗਈ ਜੀ, ਵਧਾਉਣ ਦੇ ਚੱਕਰਾਂ 'ਚ ਮਾਸ਼ਾਅੱਲਾ ਪੜ ਗਏ। ਹਾਂਜੀ। ਅੱਛਾ ਆ ਜਾਓ, ਸਾਨੂੰ ਇਹਦੀ ਡਿਮਾਂਡ ਸਾਨੂੰ ਦੱਸੋ ਵੀ ਇਹਦੀ ਡਿਮਾਂਡ ਕੀ ਕਰਦੇ ਪਏ ਹੋ ਇਸ ਵਕਤ? ਇਹਦਾ ਇੱਕ ਸੱਠ। ਇੱਕ ਸੱਠ? ਹਾਂਜੀ। ਇਹ ਡਿਮਾਂਡਾਂ 'ਚ ਕੋਈ ਪਿਆਰ ਮੁਹੱਬਤ ਹੈ ਕਿ ਫਾਈਨਲ ਫਾਈਨਲ ਹੈ? ਪਿਆਰ ਮੁਹੱਬਤ ਹੈ। ਅੱਛਾ ਤੇ ਇਹ ਦੀ ਕੀ ਆ, ਕਾਲੇ ਦੀ ਚਿੱਟੇ ਦੀ? ਇਹਦਾ 155। 155 ਤੇ ਆ ਨਾਲ ਦੇ ਦੀ? ਇਹਦਾ 130। 130? ਹਾਂਜੀ। ਅੱਛਾ ਨਾਲ ਦਾ? ਇਹਦਾ 150। 150? ਹਾਂ। ਜਿਹੜਾ ਪਰੇ? ਇਹਦਾ 120। ਠੀਕ ਹੈ। ਤੇ ਉਹ ਪਰੇ ਜਿਹੜਾ ਖਰਾਬ ਹੈ ਚਿੱਟਾ? ਕਾਪੀ? ਹੈਂ? ਕਾਪੀ, ਪੂਰੇ ਕਾਪੀ ਦਾ ਯਾਨੀ 100 ਦਾ? ਹਾਂਜੀ। ਇਹ ਸਾਨੂੰ ਕੋਈ ਨੰਬਰ ਸ਼ਾਦ ਦੱਸ ਦਿਓ ਜਿਹਦੇ ਨਾਲ ਕੋਈ ਦੋਸਤ ਰਾਬਤਾ ਕਰ ਲੈਣ ਤੁਹਾਡੇ ਨਾਲ। 0346। ਹਾਂਜੀ। 79-85-614। ਠੀਕ ਹੈ। ਕਿੰਨੇ ਜਾਨਵਰ ਲਿਆਂਦੇ ਸੀ ਅੱਜ? ਲਿਆਂਦੇ ਸੀ 20। ਆਹ ਕਿੰਨੇ ਕੋਈ 5-6 ਰਹਿ ਗਏ? ਹੈਂ? ਹਾਂਜੀ। ਅੱਛਾ ਠੀਕ ਹੈ। ਆਪਣਾ ਇਲਾਕਾ ਕਿਹੜਾ ਵਾ? ਆਪਣਾ ਇਲਾਕਾ ਜੀ ਜ਼ਿਲ੍ਹਾ ਸਾਹਿਵਾਲ, ਤਹਿਸੀਲ ਚੀਜ਼ਾਵਤਨੀ ਜੀ। ਚੱਕ ਚੱਕ? ਚੱਕ 31-14 ਹੈ ਜੀ। ਅੱਛਾ ਇਹ ਭਾਈ ਮਾਨੁੱਲਾ ਨੇ ਜਨਾਬ, ਅਸੀਂ ਤੇ ਇਹਨਾਂ ਨੂੰ ਜਾਣਦੇ, ਸਾਡਾ ਮਕਸਦ ਪੁੱਛਣ ਦਾ ਇਹਨਾਂ ਦਾ ਚੱਕ ਤੇ ਨਾਮ, ਕਿ ਜਿਹੜੇ ਦੋਸਤਾਂ ਨੇ ਨਵੀਂ ਵੀਡੀਓ ਵੇਖਣੀ ਉਹਨਾਂ ਨੂੰ ਵੀ ਪਤਾ ਲੱਗ ਜਾਵੇ। ਬੱਚੇ ਇਹਨਾਂ ਕੋ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਹੁੰਦੇ ਨੇ, ਚੰਗੀ ਫਤਲ ਨਸਲ ਦੇ ਨੇ ਜਨਾਬ, ਚੰਗੀ ਨਸਲ ਆ ਫਤਿਹ ਚੰਗੀ ਤੇ ਜਨਾਬ ਧੰਨੀ ਦੇ, ਸਾਹੀਵਾਲ ਦੇ, ਇਹਨੂੰ ਕੋਈ ਸਾਰੇ ਬੱਚੇ ਹੁੰਦੇ ਨੇ ਮਾਸ਼ਾਅੱਲਾ। ਕਿਸੇ ਦੋਸਤ ਨੂੰ ਰਿਕੁਆਇਰ ਹੋਵੇ ਤੇ ਇਹਨਾਂ ਨਾਲ ਰਾਬਤਾ ਕੀਤਾ ਜਾ ਸਕਦਾ, ਅਗਰ ਬਿਲ ਫਰਜ਼ ਸੇਲ ਹੋ ਜਾਂਦੇ ਤੇ ਅਗਲੀ ਮੰਡੀ ਨਾਲ ਨਵੇਂ ਪਾ ਲੈਣ ਜਾਨਵਰ। ਹੋਰ ਤੋਂ ਵੱਧ ਇਹਨਾਂ ਕੋਲ ਮਾਸ਼ਾਅੱਲਾ ਮਾਲ ਹੁੰਦਾ ਵਾ, ਕਿਸੇ ਦੋਸਤ ਨੂੰ ਰਿਕੁਆਇਰ ਹੋਵੇ ਤੇ ਇਹਨਾਂ ਰਾਬਤਾ ਕਰੇ ਤੇ ਇਹਨਾਂ ਕੋਲ ਮਾਸ਼ਾਅੱਲਾ ਮਾਲ ਹਰ ਕਿਸਮ ਦਾ ਮਿਲਦਾ। ਮਾਸ਼ਾਅੱਲਾ ਮੰਡੀ ਇਕਬਾਲ ਨਗਰ ਦੇ ਵਿੱਚ ਚਾਚੇ ਹੋਣੀ ਬੱਚੇ ਲੈ ਕੇ ਆਉਂਦੇ ਨੇ, ਇਹ ਆਉਂਦੇ ਨੇ ਜੀ ਮੀਆਂ ਵਾਲੀ ਤੋਂ। ਮਾਸ਼ਾਅੱਲਾ ਬੱਚੇ ਇਹਨਾਂ ਦੇ ਬੜੇ ਖੂਬਸੂਰਤ ਹੁੰਦੇ ਨੇ, ਇੱਕ ਵਾਰੀ ਤੁਹਾਨੂੰ ਬੱਚੇ ਦਿਖਾ ਦਿਆਂ ਵੀ ਚਾਚੇ ਹੁਣ ਇਹਨਾਂ ਕਰਦੇ ਹਾਂ ਗੱਲ, ਇਹਨਾਂ ਦੀਆਂ ਡਿਮਾਂਡਾਂ ਸ਼ਮਾਂਡਾਂ ਆਪਾਂ ਪੁੱਛਦੇ ਹਾਂ ਕਿ ਇਹਨਾਂ ਦੀਆਂ ਡਿਮਾਂਡਾਂ ਸ਼ਮਾਂਡਾਂ ਕੀ ਕਰਦੇ ਪਏ ਨੇ। ਇਹ ਤੁਸੀਂ ਦੇਖ ਸਕਦੇ ਹੋ ਬੱਚੇ, ਮਾਸ਼ਾਅੱਲਾ ਇਹ ਚਾਚੇ ਹੁਣੀ ਖੜੇ ਨੇ, ਇਹਨਾਂ ਨਾਲ ਕਰਦੇ ਹਾਂ ਗੱਲ, ਇਹਨਾਂ ਦਾ ਨੰਬਰ ਵੀ ਲੈਂਦੇ ਹਾਂ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ ਜੀ, ਕੀ ਹਾਲ ਆ? ਅੱਲਾ ਪਾਕ ਦੀ ਰਹਿਮਤ। ਅੱਛਾ ਸਾਨੂੰ ਇਧਰਲੀ ਸਾਈਡ ਤੋਂ ਬੱਚਿਆਂ ਦੀ ਡਿਮਾਂਡਾਂ ਦੱਸਦੇ ਵੀ ਇਹ ਬੱਚਿਆਂ ਦੀ ਕੀ ਡਿਮਾਂਡ ਆ ਜਿਹੜੇ ਇੱਥੇ ਖੜੇ? ਪਰ ਸਿਰੇ ਵਾਲਾ ਬੱਚਾ ਉਹਦਾ 90,000 ਰੁਪਇਆ। ਅੱਛਾ ਇਸ ਦਾ 90,000 ਰੁਪਇਆ? ਹਾਂਜੀ। ਨਾਲ ਵਾਲੇ ਦਾ? 120। 120 ਤੇ ਇੱਧਰ ਇਸ ਦਾ? ਇੱਧਰ 130। 130। ਅੱਛਾ ਤੇ ਆ ਜਾਓ ਇੱਧਰ ਆ ਜਾਓ, ਇਹ ਜਿਹੜਾ ਖੜੂਤਾ ਵਿਚਾਲੇ ਵਿਚਾਲੇ ਦਾ 240 ਮਹੀਨੇ 240। ਇਹ ਕਿਹੜੀ ਨਸਲ ਆ? ਇਹ ਫਤਜੰਗ ਦੀ ਨਸਲ। ਫਤਜੰਗੀ ਆ, ਠੀਕ ਆ। 240 ਇਹਨਾਂ ਕੋ ਪਿਆਰ ਮੁਹੱਬਤ ਵੀ ਹੋ ਜੂਗੇ? ਹੋ ਜਾ ਇਨਸ਼ਾਅੱਲਾ ਹੋ ਜਾ। ਅੱਛਾ ਤੇ ਇਸ ਦੀ? ਇਸ ਬੱਚੇ ਦਾ ਕਿੰਨਾ ਮੰਗਾ? 140। 140 ਤੇ ਆ ਨਾਲ ਦਾ ਇਹਦਾ ਪਰਲਾ ਜਿਹੜਾ? ਉਹਦਾ 81। 81। ਅੱਛਾ ਇਹ ਸਾਰੇ ਖੀਰੇ ਹੀ ਆ? ਖੀਰੇ ਕੱਚੇ। ਅੱਛਾ ਨੰਬਰ ਸਾਨੂੰ ਦੱਸ ਦਿਓ ਕੋਈ ਆਪਣਾ। ਨੰਬਰ 0306। ਹਾਂਜੀ। 54-55। ਹਾਂਜੀ। 240। ਅੱਛਾ ਇਲਾਕਾ ਆਪਣਾ ਕਿਹੜਾ ਵਾ? ਇਲਾਕਾ ਆਪਣਾ ਮੀਆਂਵਾਲੀ ਮਾਲ ਤਲਾਗਾਂ ਦੀ ਚੁਗਿੰਨੀ। ਅੱਛਾ ਮਾਲ ਤਲਾਗਾਂ ਦੀ ਚੁਲਾ ਕੇ ਆਉਂਦੇ ਜੀ? ਦਮੇਲ ਚੁਗਿੰਨੀ। ਅੱਛਾ ਦਮੇਲ ਚੋ ਵੀ ਹੁੰਦਾ ਵਾ? ਹਾਂਜੀ। ਨਾਮ ਕੀ ਦੱਸਿਆ ਚਾਚਾ ਜੀ? ਮੇਰੇ ਨਾਮ ਮੀਰ ਖਾਨ। ਮੀਰ ਖਾਨ? ਹਾਂਜੀ। ਅੱਛਾ ਇਹ ਚਾਚੇ ਹੁਣੀ ਮੰਡੀ, ਤੁਸੀਂ ਚਾਚਾ ਜੀ ਜੁਮੇ ਤੇ ਜੁਮੇ ਆਉਂਦੇ ਹੋ? ਜੁਮੇ ਤੇ ਆਉਂਦੇ ਆ ਤੇ ਮਾਮੂ ਕਾਂਜ ਉਹਨੇ ਆ ਮੰਗਲ। ਅੱਛਾ ਮਾਮੂ ਕਾਂਜ ਵੀ ਜਾਂਦੇ ਹੋ? ਹਾਂਜੀ। ਤੇ ਜੋ ਆ ਮੱਲੂ ਮੋੜ ਤੇ ਜਾਣੇ ਹਫਤੇ ਨੂੰ? ਅੱਛਾ ਚਾਚੇ ਹੁਣੀ ਹਫਤੇ ਨੂੰ ਮੱਲੂ ਮੋੜ ਜਾਂਦੇ ਆ, ਮੰਗਲ ਨੂੰ ਮਾਮੂ ਕਾਂਜਣ ਤੇ ਜੁਮੇ ਨੂੰ ਆਉਂਦੇ ਆ ਮੰਡੀ ਇਕਬਾਲ ਨਗਰ ਦੇ ਵਿੱਚ। ਮਾਸ਼ਾਅੱਲਾ ਯਾਨੀ ਕਿ ਇਹ ਇੱਕ ਦੂਏ ਦੀ ਮੰਡੀ ਤੋਂ ਮੰਡੀ ਫਿਰਦੇ ਰਹਿੰਦੇ ਨੇ, ਕਿਸੇ ਦੋਸਤ ਨੂੰ ਰਿਕੁਆਇਰ ਹੋਵੇ ਤੇ ਚਾਚੇ ਹੁਣਾਂ ਨਾਲ ਰਾਬਤਾ ਕਰ ਸਕਦੇ ਨੇ। ਜਾਨਵਰ ਮਾਸ਼ਾਅੱਲਾ ਇਹਨਾਂ ਕੋਲ ਬਹੁਤ ਚੰਗੇ ਹੁੰਦੇ ਆ, ਤੇ ਜਿਸ ਜਿਸ ਵੀ ਬੰਦੇ ਨੂੰ ਜਿਹੜੇ ਜਿਹੜੇ ਇਲਾਕੇ 'ਚ ਰਿਕੁਆਇਰ ਹੋਵੇ ਤੇ ਇਹਨਾਂ ਨਾਲ ਜਾ ਕੇ ਰਾਬਤਾ ਕਰਕੇ ਜਾਨਵਰ ਖਰੀਦ ਸਕਦੇ ਨੇ। ਇਹ ਮਾਸ਼ਾਅੱਲਾ ਚਾਚੇ ਹੁਣੀ ਮੰਡੀ ਇਕਬਾਲ ਨਗਰ ਦੇ ਵਿੱਚ ਬੱਚੇ ਲੈ ਕੇ ਆਉਂਦੇ ਨੇ, ਮਾਸ਼ਾਅੱਲਾ ਪੂਰੀ ਟਰਾਲੀ ਭਰ ਕੇ ਲੈ ਕੇ ਆਉਂਦੇ ਨੇ, ਸੇਲ ਹੋ ਗਏ, 3-4 ਰਹਿ ਗਏ ਨੇ। ਮਾਸ਼ਾਅੱਲਾ ਵੀ ਤੇ ਫੁੱਲ ਪ੍ਰਿੰਟਡ ਬੱਚੇ ਨੇ ਜਨਾਬ, ਮਾਸ਼ਾਅੱਲਾ। ਤੇ ਚਾਚੇ ਹੁਣ ਉਹਨਾਂ ਦੀਆਂ ਆਪਾਂ ਡਿਮਾਂਡਾਂ ਸ਼ਮਾਂਡਾਂ ਵੀ ਪੁੱਛ ਲੈਂਦੇ ਹਾਂ, ਨਾਮ ਵੀ ਤੇ ਇਲਾਕਾ ਵੀ ਸਾਰੀ ਆਪਾਂ ਮਾਲੂਮਾਤ ਲੈ ਲੈਂਦੇ ਹਾਂ।
ਚਾਚੇ ਹੁਣੇ ਚੜੇ ਨੇ। ਅਸਲਾਮ ਵਾਲੇਕੁਮ ਜੀ। ਚਾਚਾ ਜੀ ਕੀ ਹਾਲ ਨੇ? ਅੱਲਾਹ ਦਾ ਕਰਮ ਹੈ। ਅੱਛਾ ਚਾਚਾ ਜੀ, ਇਹਨਾਂ ਦੀਆਂ ਸਾਨੂੰ ਡਿਮਾਂਡਾਂ ਦੱਸ ਦਿਓ। ਜਿਹੜਾ ਪਰੇ ਚਿੱਟਾ ਬੱਚਾ ਖੜਾ, ਦੀ ਕੀ ਡਿਮਾਂਡ ਆ? ਉਹਦੀ ਡਿਮਾਂਡ 145 ਹੈ। ਕੋਈ ਪਿਆਰ ਮੁਹੱਬਤ? ਉਹ ਦੱਸੀ। ਇਹ ਜਿਹੜਾ ਨਾਲ ਦਾ ਕਾਲਾ? ਇਹਦਾ 135 ਹੈ। ਅੱਛਾ ਤੇ ਇਹ ਜਿਹੜਾ? ਇਹਦਾ 115 ਹੈ। ਨਾਲ ਦਾ ਜਿਹੜਾ ਉਹ ਵੇਗਿਆ ਵੇ? ਉਹ ਵੇਗਿਆ। ਉਹ ਕਿੰਨੇ ਸੇਲ ਹੋ ਗਿਆ? ਕੋਈ ਪੜਦਾ ਕੁਝ? ਉਹ 110 ਦਾ ਸੇਲ। 110 ਦਾ ਸੇਲ ਹੋ ਗਿਆ। ਇਹਨੇ ਡਿਮਾਂਡਾਂ ਚ ਕੋਈ ਪਿਆਰ ਮੁਹੱਬਤ ਹੀ ਹੋ ਜੂਗਾ? ਜੀ ਬਿਲਕੁਲ ਹੋ ਜਾਏ। ਨੰਬਰ ਸਾਨੂੰ ਦੱਸ ਦਿਓ ਕੋਈ ਆਪਣਾ। 0313-47-4722। ਚਾਚੇ ਹੁਣਾਂ ਦਾ ਨਾਮ ਕੀ ਤੇ ਇਲਾਕਾ ਕਿਹੜਾ ਵਾ? ਆਲਮ ਸ਼ੇਰ ਇਲਾਕਾ ਚੱਕ 26-14 ਨਵਾਂ ਮੋੜ। ਅੱਛਾ, ਤੁਸੀਂ ਯਾਨੀ ਕਿ ਤੁਹਾਡੇ ਕੋਲ ਹਰ ਵਾਰੀ ਜਾਨਵਰ ਹੁੰਦੇ? ਹਰ ਮੰਡੀ ਕਰਦੇ? ਹਰ ਮੰਡੀ। ਅੱਛਾ, ਇਸ ਤੋਂ ਇਲਾਵਾ ਵੀ ਕੋਈ ਮੰਡੀ ਕਰਦੇ? ਇਸ ਤੋਂ ਇਲਾਵਾ ਮੰਡੀ ਹੋਰ ਵੀ ਕਰਨਾ। ਅੱਛਾ ਚਾਚੇ, ਹੁਣ ਸਾਰੀਆਂ ਮੰਡੀਆਂ ਹੀ ਕਰਦੇ ਨੇ ਤਕਰੀਬਨ ਜਾਨਵਰ? ਇਹਨਾਂ ਕੋਲ ਬਹੁਤ ਹੁੰਦੇ ਨੇ। ਇਹ ਪੂਰਾ ਟਰਾਲਾ ਮਾਸ਼ਾਅੱਲਾ ਭਰ ਕੇ ਲਿਆਉਂਦੇ, ਟਰਾਲਾ ਹੀ ਇਹਨਾਂ ਕੋਲ ਹੁੰਦਾ ਵਾ। ਆ ਸੇਲ ਹੋ ਗਿਆ ਜਾਨਵਰ, ਤੇ ਇਹ 3-4 ਹੈਗੇ ਨੇ। ਕਿਸੇ ਦੋਸਤ ਨੂੰ ਰਿਕੁਆਇਰ ਹੋਵੇ ਤੇ ਇਹਨਾਂ ਨਾਲ ਰਾਬਤਾ ਕੀਤਾ ਜਾ ਸਕਦਾ। ਕੋਈ ਐਸੀ ਪਰੇਸ਼ਾਨੀ ਵਾਲੀ ਗੱਲ ਨਹੀਂ ਜਨਾਬ।